ਪਿਆਰੇ ਬੱਚਿਓ ਅੱਜ ਹੋ ਸਿੱਖੀਏ ਅੱਜ ਦੀ ਸਲਾਈਡ ਤਾਂ ਬੱਚਿਓ ਅੱਜ ਦੀ ਸਲਾਈਡ ਬਹੁਤ ਹੀ ਰੋਚਕ ਜਾਣਕਾਰੀ ਲੈ ਕੇ ਆਈ ਹੈ ਤਾਂ ਦੇਖੋ ਅੱਜ ਦਾ ਦਿਨ ਹੈ ਮੰਗਲਵਾਰ ਅੱਜ ਦੀ ਮਿਤੀ ਹੈ 4 ਅਗਸਤ 2020 ਅੱਜ ਦਾ ਵਿਚਾਰ ਬੱਚਿਓ ਅੱਜ ਦਾ ਵਿਚਾਰ ਹੈ ਰੁੱਖਾਂ ਅਤੇ ਪਾਣੀ ਦੀ ਸੰਭਾਲ ਕਰੋ ਹਾਂਜੀ ਬੱਚਿਓ ਬਹੁਤ ਵਧੀਆ ਹੈ ਅੱਜ ਦਾ ਵਿਚਾਰ ਕਿ ਸਾਨੂੰ ਰੁੱਖਾਂ ਅਤੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਦੇਖੋ ਬੱਚਿਓ ਸੰਸਾਰ ਵਿੱਚ ਆਪਣਾ ਮਨੁੱਖੀ ਸਮਾਜ ਹਰ ਸਮੇਂ ਸੁੱਖ ਤੇ ਖੁਸ਼ਹਾਲੀ ਪਾਲਦਾ ਹੈ ਪਰੰਤੂ ਉਹ ਇਹ ਗੱਲ ਭੁੱਲ ਜਾਂਦਾ ਹੈ ਕਿ ਇਹ ਸੁੱਖ ਦਾ ਆਧਾਰ ਕੀ ਹੈ ਇਹ ਸੁੱਖ ਅਤੇ ਖੁਸ਼ਹਾਲੀ ਸਾਨੂੰ ਕਿੱਥੋਂ ਮਿਲਦੀ ਹੈ ਤab ਬੱਚਿਓ ਮਨੁੱਖਤਾ ਦੇ ਭਲੇ ਲਈ ਰੁੱਖ ਅਤੇ ਪਾਣੀ ਦੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਪਾਣੀ ਅਤੇ ਰੁੱਖ ਹੀ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਵਰਦਾਨ ਹਨ ਸਾਨੂੰ ਕਦੇ ਵੀ ਰੁੱਖਾਂ ਨੂੰ ਕੱਟਣਾ ਨਹੀਂ ਚਾਹੀਦਾ ਅਤੇ ਪਾਣੀ ਦੀ ਵੀ ਬਚਤ ਕਰਨੀ ਚਾਹੀਦੀ ਹੈ ਖੁੱਲੀਆਂ ਟੂਟੀਆਂ ਕਦੇ ਵੀ ਨਹੀਂ ਛੱਡਣੀਆਂ ਚਾਹੀਦੀਆਂ ਬੱਚਿਓ ਪਾਣੀ ਮਨੁੱਖੀ ਜੀਵਨ ਦਾ ਆਧਾਰ ਅਤੇ ਸੰਜੀਵਨੀ ਹੈ ਤਾਂ ਆਓ ਅਸੀਂ ਅੱਜ ਪ੍ਰਣ ਕਰੀਏ ਕਿ ਵਾਤਾਵਰਨ ਨੂੰ ਚੰਗਾ ਬਣਾਈਏ ਜਿਆਦਾ ਤੋਂ ਜਿਆਦਾ ਰੁੱਖ ਲਗਾਈਏ ਉਹਨਾਂ ਨੂੰ ਪਾਲੀਏ ਅਤੇ ਪਾਣੀ ਜੋ ਕਿ ਸਾਡੀ ਜ਼ਿੰਦਗੀ ਦਾ ਆਧਾਰ ਹੈ ਉਸ ਦੀ ਬੱਚਤ ਕਰੀਏ ਚਲੋ ਅੱਗੇ ਵਧੀਏ ਗਿਆਨ ਵਿਗਿਆਨ ਦੇ ਪ੍ਰਸ਼ਨਾਂ ਵੱਲ ਤਾਂ ਗਿਆਨ ਵਿਗਿਆਨ ਦਾ ਪਹਿਲਾ ਪ੍ਰਸ਼ਨ ਹੈ ਭਾਰਤ ਦੀ ਆਜ਼ਾਦੀ ਲਈ ਪਹਿਲੀ ਲੜਾਈ ਕਦੋਂ ਲੜੀ ਗਈ ਤਾ ਬੱਚਿਓ ਭਾਰਤ ਦੀ ਆਜ਼ਾਦੀ ਲਈ ਪਹਿਲੀ ਲੜਾਈ 1857 ਈਸਵੀ ਦੇ ਵਿੱਚ ਲੜੀ ਗਈ ਇਸ ਬਾਰੇ ਥੋੜੀ ਜਾਣਕਾਰੀ ਲਓ ਬੱਚਿਓ ਇਹ ਲੜਾਈ 29 ਮਾਰਚ 1857 ਈਸਵੀ ਵਿੱਚ ਬੈਰਕਪੁਰ छाਵਨੀ ਵਿਖੇ ਹੋਈ ਸੀ ਤੇ ਬੱਚਿਓ ਭਾਰਤ ਦੇ ਵਿੱਚ ਇਹ ਵਿਦਰੋਹ ਕਰਨ ਦੀ ਮਿਤੀ 31 ਮਈ ਨਿਸ਼ਚਿਤ ਕੀਤੀ ਗਈ ਸੀ ਬੱਚੋ ਇਸ ਲੜਾਈ ਦਾ ਮੁੱਖ ਕਾਰਨ ਚਰਬੀ ਵਾਲੇ ਕਾਰਤੂਸੀ ਅਤੇ ਇਸ ਲੜਾਈ ਦਾ ਪਹਿਲਾ ਸ਼ਹੀਦ ਮੰਗਲ पांडे ਸੀ ਜਿਸ ਨੇ ਮੇਜਰ ਹਸਨ ਨੂੰ ਗੋਲੀ ਨਾਲ ਮਾਰਿਆ ਸੀ ਬੱਚੋ ਇਸ ਲੜਾਈ ਦਾ ਸਿੱਟਾ ਇਹ ਨਿਕਲਿਆ ਸੀ ਕਿ ਇੱਕ ਤਾਂ ਈਸਟ ਇੰਡੀਆ ਕੰਪਨੀ ਦਾ ਅੰਤ ਹੋ ਗਿਆ ਸੀ ਤੇ ਦੂਜਾ ਭਾਰਤ ਦੇ ਗਵਰਨਰ ਜਨਰਲ ਨੂੰ ਵਾਇਸਰਾਏ ਦੀ ਉਪਾਧੀ ਮਿਲ ਗਈ ਸੀ ਤੇ ਨਾਲ ਹੀ ਮੁਗਲ ਸਾਮਰਾਜ ਦਾ ਹਮੇਸ਼ਾ ਲਈ ਅੰਤ ਹੋ ਗਿਆ ਸੀ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ ਤਾਂ ਬੱਚਿਓ ਅਗਲਾ ਪ੍ਰਸ਼ਨ ਹੈ ਰਾਸ਼ਟਰੀ ਝੰਡਾ ਕਿਸ ਗੱਲ ਦਾ ਪ੍ਰਤੀਕ ਹੈ ਤਾਂ ਬੱਚਿਓ ਰਾਸ਼ਟਰੀ ਝੰਡਾ ਆਜ਼ਾਦੀ ਅਤੇ ਪ੍ਰਭੂ ਸੱਤਾ ਦਾ ਪ੍ਰਤੀਕ ਹੈ ਬੱਚਿਓ ਇਸ ਦੀ ਕਲਪਨਾ ਪਿੰਗਲੀ ਵਾਕਿਆ ਨੇ ਕੀਤੀ ਸੀ ਅਤੇ ਰਾਸ਼ਟਰੀ ਝੰਡੇ ਨੂੰ 22 ਜੁਲਾਈ 1947 ਈਸਵੀ ਵਿੱਚ ਅਪਣਾਇਆ ਗਿਆ ਸੀ ਤਾਂ ਬੱਚਿਓ ਇਹ ਰਾਸ਼ਟਰੀ ਝੰਡਾ ਤਾਂ ਸਭ ਨੇ ਦੇਖਿਆ ਹੀ ਹੈ ਇਸ ਦੀ ਲੰਬਾਈ ਚੌੜਾਈ ਦਾ ਅਨੁਪਾਤ 2 ਅਨੁਪਾਤ 3 ਹੈ ਇਸ ਦੇ ਤਿੰਨ ਰੰਗ ਹਨ ਪਹਿਲਾ ਕੇਸਰੀ ਦੂਜਾ ਸਫੇਦ ਤੀਜਾ ਹਰਾ ਤੇ ਸਫੇਦ ਰੰਗ ਵਿੱਚ

ਮੱਧ ਅਪਰੈਲ ਤੋਂ ਮੱਧ ਮਈ ਤੱਕ ਹੁੰਦਾ ਹੈ ਅਤੇ ਇਸ ਮਹੀਨੇ ਤੋਂ ਪੰਜਾਬ ਵਿੱਚ ਫਸਲਾਂ ਕੱਟਣ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ। ਬੱਚਿਓ ਜੇਕਰ ਨਾਨਕ ਸਾਹਿਬ ਜੰਤਰੀ ਦੀ ਗੱਲ ਕਰੀਏ ਤਾਂ ਵਿਸਾਖ ਦੂਸਰਾ ਮਹੀਨਾ ਹੈ। ਇਸ ਮਹੀਨੇ ਦਾ ਇੱਕ ਮੁੱਖ ਦਿਨ ਹੈ ਜੋ ਕਿ ਬਹੁਤ ਹੀ ਮਹੱਤਵਪੂਰਨ ਹੈ ਉਹ ਹੈ 19 ਵਿਸਾਖ। 19 ਵਿਸਾਖ ਨੂੰ ਆਪਣੇ ਤਾਂ ਤਾਂ ਅਨੰਸ਼ੀਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ ਤਾਂ ਬੱਚਿਓ ਅਗਲਾ ਪ੍ਰਸ਼ਨ ਹੈ ਰੋਮਨ ਅੰਕ ਪ੍ਰਣਾਲੀ ਵਿੱਚ 350 ਨੂੰ ਕਿਵੇਂ ਲਿਖਿਆ ਜਾਂਦਾ ਹੈ ਤਾਂ ਬੱਚਿਓ ਆਹ ਹੈ ਰੋਮਨ ਅੰਕ ਪ੍ਰਣਾਲੀ ਦਾ ਚਾਰਟ ਤਾਂ ਇਸ ਵਿੱਚ 350 ਨੂੰ ਟ੍ਰਿਪਲ ਸੀ ਐਲ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਤਾਂ ਬੱਚਿਓ ਦੇਖੋ ਟ੍ਰਿਪਲ ਸੀ ਨੂੰ ਆਪਾਂ 300 ਲਿਖਦੇ ਹਾਂ ਤੇ ਐਲ ਨੂੰ ਆਪਾਂ 50 ਲਿਖਦੇ ਹਾਂ ਤਾਂ ਟੋਟਲ 350 ਹੋ ਗਿਆ ਤਾਂ ਬੱਚਿਓ 350 ਨੂੰ ਟ੍ਰਿਪਲ ਸੀ ਐਲ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ 1 ਫੁੱਟ ਵਿੱਚ ਕਿੰਨੇ ਇੰਚ ਹੁੰਦੇ ਹਨ ਤਾਂ ਬੱਚਿਓ 1 ਫੁੱਟ 12 ਇੰਚਾਂ ਦਾ ਹੁੰਦਾ ਹੈ ਤਾਂ ਬੱਚਿਓ ਆਹ ਦੇਖੋ ਆਹ ਤਸਵੀਰ ਤੁਹਾਡੇ ਸਾਹਮਣੇ ਹੈ ਤਾਂ 1 ਫੁੱਟ 12 ਇੰਚ ਦਾ ਹੁੰਦਾ ਹੈ ਚਲੋ ਅੱਗੇ ਵਧੀਏ ਆਓ ਬੁੱਝੀਏ ਤਾਂ ਬੱਚਿਓ ਅੱਜ ਦੀ ਬੁਝਾਰਤ ਹੈ ਧਿਆਨ ਨਾਲ ਸੁਣੋ ਮਹਿੰਦਰ ਸਿੰਘ ਹੋਰੀ ਚਾਰ ਭਰਾ ਹਨ ਤਿੰਨ ਭਰਾਵਾਂ ਦੇ ਨਾਂ ਸਰ ਸਿੰਘ ਸਾਰ ਸਿੰਘ ਅਤੇ ਸੂਰ ਸਿੰਘ ਹਨ ਚੌਥੇ ਭਰਾ ਦਾ ਨਾਂ ਕੀ ਹੋਵੇਗਾ ਹਾਂਜੀ ਬੱਚਿਓ ਬੁੱਝੋ ਬਹੁਤ ਵਧੀਆ ਹੈ ਅੱਜ ਦੀ ਬੁਝਾਰਤ ਦੇਖੋ ਬੱਚਿਓ ਮਹਿੰਦਰ ਸਿੰਘ ਅਰੀ ਚਾਰ ਭਰਾ ਨੇ ਠੀਕ ਹੈ ਤੇ ਤਿੰਨ ਭਰਾ ਹੈਗੇ ਨੇ ਇੱਕ ਹੈ ਸਰ ਸਿੰਘ ਦੂਜਾ ਹੈ ਸਾਰ ਸਿੰਘ ਤੇ ਤੀਜਾ ਹੈ ਸੁਰ ਸਿੰਘ ਤਾਂ ਚੌਥਾ ਭਰਾ ਕਿਹੜਾ ਬਚਿਆ ਹਾਂਜੀ ਇਸ ਦਾ ਸਹੀ ਉੱਤਰ ਹੈ ਮਹਿੰਦਰ ਸਿੰਘ ਕਿਉਂਕਿ ਉਹਨਾਂ ਨੇ ਪਹਿਲੀ ਲਾਈਨ ਵਿੱਚ ਆਪਾਂ ਨੂੰ ਕਿਹਾ ਹੈ ਕਿ ਮਹਿੰਦਰ ਸਿੰਘ ਹੋਰੀ ਚਾਰ ਭਰਾ ਹਨ ਤਾਂ ਮਹਿੰਦਰ ਸਿੰਘ ਦਾ ਨਾਮ ਤਾਂ ਆਇਆ ਹੀ ਨਹੀਂ ਇਹਨਾਂ ਤਿੰਨਾਂ ਦੇ ਵਿੱਚ ਤਾਂ ਇਸ ਦਾ ਸਹੀ ਉੱਤਰ ਹੈ ਮਹਿੰਦਰ ਸਿੰਘ ਚਲੋ ਅੱਗੇ ਵਧਿਏ ਅੱਜ ਦੇ ਸ਼ਬਦ ਤਾਂ ਬੱਚੋ ਅੱਜ ਦਾ ਪਹਿਲਾ ਸ਼ਬਦ ਹੈ ਇਨਸਾਈਡ inside ਹੁੰਦਾ ਹੈ ਅੰਦਰ ਅੱਜ ਦਾ ਦੂਜਾ ਸ਼ਬਦ ਹੈ ਆਊਟਸਾਈਡ ਆਊਟਸਾਈਡ ਹੁੰਦਾ ਹੈ ਬਾਹਰ ਅੱਜ ਦਾ ਤੀਜਾ ਸ਼ਬਦ ਹੈ ਅਮੰਗ ਅਮੰਗ ਹੁੰਦਾ ਹੈ ਮੱਧ ਵਿੱਚ ਅੱਜ ਦਾ ਚੌਥਾ ਸ਼ਬਦ ਹੈ ਅਬਾਊਟ ਅਬਾਊਟ ਹੁੰਦਾ ਹੈ ਚਾਰੇ ਤਰਫ ਅੱਜ ਦਾ ਪੰਜਵਾਂ ਸ਼ਬਦ ਹੈ ਅਬੋਵ ਅਬੋਵ ਹੁੰਦਾ ਹੈ ਉੱਪਰ